ਸਾਰੇ ਪੰਜਾਬ ਦੇ ਵਸਨੀਕਾਂ ਦੀ ਸਿਹਤ ਅਤੇ ਜ਼ਿੰਦਗੀ ਨੂੰ ਧਿਆਨ ਚ ਰੱਖਦੇ ਹੋਏ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਜੀ ਦੇ ਆਦੇਸ਼ਾਂ ਤਹਿਤ ਜਲੰਧਰ ਜ਼ਿਲ੍ਹੇ 'ਚ ਕਰਫਿਊ ਲਗਾਇਆ ਗਿਆ। ਇਹ ਕਰਫਿਊ ਇਸ ਕਰਕੇ ਲਗਾਇਆ ਗਿਆ ਤਾਂ ਜੋ ਲੋਕ ਆਪਸ ਵਿੱਚ ਮਿਲਣ-ਗਿਲਣ ਨਾਲ ਕੋਰੋਨਾ ਵਾਇਰਸ ਨਾ ਫੈਲੇ। ਬਹੁਤ ਸਾਰੇ ਸਵਾਲ ਹੁਣ ਮੈਨੂੰ ਇਦਾਂ ਦੇ ਆ ਰਹੇ ਆ ਕਿ ਵੀ ਕੀ ਇਸ ਕਰਫਿਊ 'ਚ ਢਿੱਲੇ ਦਿੱਤੀ ਜਾਵੇਗੀ? ਤੁਹਾਨੂੰ ਸਾਰਿਆਂ ਨੂੰ ਮੈਨੂੰ ਪਤਾ ਹੈ ਜ਼ਰੂਰੀ ਚੀਜ਼ਾਂ ਦੀ ਲੋੜ ਹੈ ਖਾਸ ਕਰ ਬਿਮਾਰੀ ਤੋਂ ਲੜਨ ਲਈ। ਰੋਜ਼ੀ ਸਿਹਤ ਲਈ ਤੁਹਾਨੂੰ ਦੁੱਧ ਵੀ ਚਾਹੀਦਾ ਸਬਜ਼ੀਆਂ ਵੀ ਚਾਹੀਦੀਆਂ ਨੇ ਔਰ ਤੁਹਾਨੂੰ ਫਲ ਵੀ ਚਾਹੀਦੇ ਆ ਹੁਣ ਸਵਾਲ ਇਹ ਹੈ ਕਿ ਜੇਕਰ ਅਸੀਂ ਏਟ ਏ ਟਾਈਮ ਤੁਹਾਨੂੰ ਛੋਟ ਦਿੰਨੇ ਆ ਔਰ ਏਟ ਏ ਟਾਈਮ ਤੁਸੀਂ ਸਾਰੇ ਜਣੇ ਬਾਹਰ ਆ ਕੇ ਇੱਕਦਮ ਭੀੜ ਕਰਦੇ ਹੋ ਤਾਂ ਚਾਂਸ ਹੈਗੇ ਆ ਕਿ ਵੀ ਬਿਮਾਰੀ ਦੁਬਾਰਾ ਤੋਂ ਫੈਲੇ ਸੋ ਮੈਂ ਇੱਕ ਚਾਂਸ ਇਹ ਲੈਣਾ ਚਾਹੁੰਦਾ ਵੀ ਅਸੀਂ ਕੁਝ ਇਸ ਤਰ੍ਹਾਂ ਦਾ ਸਿਸਟਮ ਕਰੀਏ ਕਿ ਜਿਹੜੀਆਂ ਤੁਹਾਡੀਆਂ ਜ਼ਰੂਰੀ ਚੀਜ਼ਾਂ ਨੇ ਉਹ ਤੁਹਾਡੇ ਬੂਹੇ ਤੇ ਆ ਕੇ ਬੰਦਾ ਬੈਲ ਮਾਰ ਕੇ ਤੁਹਾਨੂੰ ਵੇਚ ਕੇ ਜਾਵੇ ਸਾਨੂੰ ਇਹ ਗੱਲ ਟਰਾਈ ਕਰਨ ਦਿਓ ਇੱਕਦਮ ਸਿੱਧੀ ਛੋਟ ਦੀ ਪ੍ਰੈਸ਼ਰ ਨਾ ਪਾਓ ਔਰ ਇਹਦੇ ਲਈ ਜੋ ਮੈਂ ਮੈਪ ਬਣਾਇਆ ਹੈਗਾ ਤੁਸੀਂ ਮੇਰੇ ਪਰਿਵਾਰਕ ਮੈਂਬਰ ਹੋ ਮੈਂ ਤੁਹਾਡਾ ਧਿਆਨ ਰੱਖਣਾ ਉਹ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ ਇੱਕ ਤਾਂ ਜਲੰਧਰ ਦੇ ਵਿੱਚ ਦੁੱਧ ਦਾ ਭਰਿਆ ਹੋਇਆ ਜਿਹੜਾ ਵੀ ਕੋਈ ਟੈਂਕਰ ਆਊਗਾ ਚਾਹੇ ਉਹ ਮੈਟਰੋ ਦਾ ਹੋਵੇ ਚਾਹੇ ਉਹ ਵੀਰਕਾ ਮਿਲਕ ਪਲਾਂਟ ਦਾ ਹੋਵੇ ਔਰ ਚਾਹੇ ਉਹ ਕਿਸੇ ਪ੍ਰਾਈਵੇਟ ਦੁੱਧੀ ਦਾ ਹੋਵੇ ਚਾਹੇ ਉਹ लवली ਵਾਲਿਆਂ ਦਾ ਹੋਵੇ ਉਸ ਨੂੰ ਪੁਲਿਸ ਕਿਤੇ ਵੀ ਨਹੀਂ ਰੋਕੇਗੀ ਇਹ ਸਾਰੀ ਪੁਲਿਸ ਨੂੰ ਹਦਾਇਤ ਕਰ ਦਿੱਤੀ ਗਈ ਹੈ ਸਾਰੇ ਕਿਸਾਨਾਂ ਨੂੰ ਮੈਂ ਭਰੋਸਾ ਦਿਵਾਉਣਾ ਚਾਹੁੰਦਾ ਹੈ ਕਿ ਵੇਰਕਾ ਨੂੰ ਇਹ ਕਿਹਾ ਗਿਆ ਹੈ ਕਿ ਪਹਿਲਾ ਨਾਲੋਂ ਜਿਹੜਾ ਡਬਲ ਦੁੱਧ ਹੈ ਉਹ ਵੇਰਕਾ ਪ੍ਰੋਡਿਊਸ ਕਰੇਗਾ ਔਰ ਸਾਰੇ ਕਿਸਾਨਾਂ ਦਾ ਜਿਹੜਾ ਦੁੱਧ ਹੈਗਾ ਉਸ ਦੁੱਧ ਨੂੰ ਲੈਣ ਦੀ ਸਾਡੀ ਪ੍ਰਤੀਬੱਧਤਾ ਹੈਗੀ ਆ ਅਗਰ ਕਿਸੇ ਦੁੱਧ ਦੀ ਨੇ ਆਪਣੇ ਪਿੱਛੇ ਢੋਲ ਲਟਕਾਏ ਹੋਏ ਨੇ ਤਾਂ ਉਹਨੂੰ ਵੀ ਕਿਸੇ ਨਾਕੇ ਤੇ ਰੋਕਿਆ ਨਹੀਂ ਜਾਏਗਾ ਭਾਵੇਂ ਸ਼ਹਿਰ ਤੱਕ ਦੁੱਧ ਆ ਗਿਆ ਹੁਣ ਤੁਹਾਡੇ ਮਨ ਚ ਹੋਏਗਾ ਕਿ ਵੀ ਇਹ ਦੁੱਧ ਤੁਹਾਡੇ ਘਰਾਂ ਤੱਕ ਪਹੁੰਚੇਗਾ ਕਿੱਦਾਂ ਸਾਰੇ ਜਿਹੜੇ ਦੁੱਧੀ ਵੀਰ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਦੁੱਧੀ ਵੀਰ ਨੇ ਔਰ ਜਿਹੜੇ ਰਿਟੇਲਰ ਨੇ ਵੇਰਕਾ ਦੇ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਉਹ ਘਰੋ ਘਰੀ ਥੈਲੀਆਂ ਦੇ ਵਿੱਚ ਇਹ ਜਿਹੜਾ ਖੁੱਲਾ ਦੁੱਧ ਹੈਗਾ ਢੋਲਾਂ ਦੇ ਵਿੱਚ ਉਹ ਲੈ ਜਾ ਕੇ ਬੈਲ ਮਾਰਨਗੇ ਮੇਰੀ ਸਾਰੇ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਕਿ ਜਦੋਂ ਤੁਹਾਡੇ ਘਰੇ ਇਹ ਲੈ ਕੇ ਆਉਣ ਸਿਰਫ ਉਦੋਂ ਹੀ ਤੁਸੀਂ ਕਰਨਾ ਹੈਗਾ ਅਗਰ ਗਲੀ 'ਚ ਇੱਕ ਥਾਂ ਖੜਿਆ ਉੱਥੇ ਤੁਸੀਂ ਭੀੜ ਨਹੀਂ ਲਾਉਣੀ ਇਸੇ ਦਰਹੀਂ ਥੋਕ ਦੇ ਵਿੱਚ ਜਿਹੜੀ ਸਬਜ਼ੀ ਆ ਰਹੀ ਹੈ ਉਹਦੇ ਕਿਸੇ ਵੀ ਟਰੱਕ ਨੂੰ ਕਿਸੇ ਵੀ ਟਰਾਲੀ ਨੂੰ 메ਨ ਮੰਡੀ ਜਾਣ ਤੋਂ ਕਿਸੇ ਵੀ ਵੇਲੇ ਰੋਕਿਆ ਨਹੀਂ ਜਾਊਗਾ ਸਬਜ਼ੀ ਹੋਣਾ ਹੀ ਆਪਦੇ ਆਪ ਇੱਕ ਪਾਸ ਹੈਗਾ ਜੇ ਤੁਹਾਨੂੰ ਪਾਸ ਚਾਹੀਦਾ ਹੈ ਡੀ ਐਮਓ ਸਾਹਿਬ ਨੂੰ ਪਾਸ ਦੇਤੇ ਉੱਥੋਂ ਸਾਰੇ ਆੜਤੀਆ ਵੀਰ ਹੈ ਜਿਹੜੇ ਪਾਸ ਲੈ ਸਕਦੇ ਹੈਗੇ ਆ ਉਸ ਤੋਂ ਇਲਾਵਾ ਜਿਹੜੇ ਰੇੜੀਆਂ ਨੇ ਹੱਥ ਰੇੜੀਆਂ ਨੇ ਜਿਨ੍ਹਾਂ ਦੇ ਚਲਦੇ ਫਿਰਦੇ ਸਬਜ਼ੀ ਵੇਚੀ ਜਾਂਦੀ ਹੈ ਉਹ ਆਪਦੇ ਆਪ ਚ ਹੀ ਪਾਸ ਹੈ ਚਲਦੀ ਫਿਰਦੀ ਹੱਥ ਰੇੜੀ ਨੂੰ ਜਦ ਤੱਕ ਕਿ ਉਹ ਇੱਕ ਜਗ੍ਹਾ ਖੜ ਕੇ ਨਹੀਂ ਵੇਚਦਾ ਤੁਰਦਾ ਫਿਰਦਾ ਵੇਚਦਾ ਉਹ ਸਵੇਰੇ 4 ਵਜੇ ਜਾ ਕੇ ਸਬਜ਼ੀ ਖਰੀਦਣ ਔਰ ਘਰੋਂ ਘਰੀ ਜਾ ਕੇ ਸਬਜ਼ੀ ਵੇਚਣ ਜਦੋਂ ਘਰ ਦੀ ਵਿੱਲ ਬਚਦੀ ਹੈ ਉਸ ਘਰ ਵਾਲੀ ਸਬਜ਼ੀ ਖਰੀਦਣਗੇ ਬਾਕੀ ਗਲੀ ਉੱਥੇ ਇਕੱਠੀ ਨਹੀਂ ਹੋਊਗੀ ਔਰ ਇਹ ਵੀ ਮੇਰੇ ਰੇੜੀ ਵਾਲੇ ਅਗਰ ਚਾਹਣ ਸਵੇਰੇ ਡੀਐਮਓ ਦਫ਼ਤਰ ਤੋਂ ਜ਼ਿਲ੍ਹਾ ਮੰਡੀ ਅਫਸਰ ਜਾਂ ਸੈਕਟਰੀ ਦੇ ਦਫ਼ਤਰ ਤੋਂ ਇਹਨਾਂ ਸਾਰਿਆਂ ਨੂੰ ਪਾਸ ਇਨਕਾਰ ਨਹੀਂ ਕੀਤਾ ਜਾਊਗਾ ਪਾਸ ਉਹ ਤੋਂ ਖੁੱਲਾ ਦਿੱਤਾ ਜਾਊਗਾ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਸਫਾਈ ਵਾਲੇ ਵੀਰ ਹੈਗੇ ਨੇ ਸੀਵਰਮੈਨ ਨੇ ਪਾਣੀ ਵਾਲੇ ਜਿਹੜੇ ਸਪਲਾਈ ਵਾਲੇ ਨੇ ਇਹਨਾਂ ਸਾਰਿਆਂ ਦੇ ਜਿਹੜੇ ਪਾਸ ਨੇ ਉਹ ਲਖਰਾ ਸਾਹਿਬ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਜਾਰੀ ਕਰਨਗੇ ਪਰ ਜਦ ਤੱਕ ਪਾਸ ਜਾਰੀ ਨਹੀਂ ਹੁੰਦੇ ਜਿਹੜਾ ਵੀ ਕੋਈ ਰੈਗ ਪਿਕਰ ਦਾ ਜਿਹਦੇ ਕੋਲ ਬੈਗ ਹੈਗਾ ਕੂੜੇ ਵਾਲੀ ਕੋਈ ਟੋਕਰੀ ਹੈਗੀ ਹੈ ਜਾਂ ਕੋਈ ਰੇੜੀ ਹੈ ਜਾਂ ਉਹਦੇ ਹੱਥ 'ਚ ਕੋਈ ਝਾੜੂ ਹੈ ਭਾਵੇਂ ਉਹ ਇੱਕ ਸੈਨਿਕ ਦੀ ਤਰ੍ਹਾਂ ਕੰਮ ਤੇ ਜਾ ਰਿਹਾ ਹੈ ਉਹਨੂੰ ਅਸੀਂ ਸੈਨਿਕ ਵਾਲੀ ਇੱਜ਼ਤ ਦਵਾਂਗੇ ਉਹਨੂੰ ਅਸੀਂ ਕੰਮ ਤੇ ਜਾਣ ਤੋਂ ਨਹੀਂ ਰੋਕਾਂਗੇ ਭਾਵਾਂ ਦੀ ਕੱਲ ਸ਼ਾਮ ਤੱਕ ਉਹਦਾ ਪਾਸ ਮਿਲੇ ਉਹਨੂੰ ਸਫਾਈ ਕਰਨ ਤੋਂ ਕਿਤੇ ਵੀ ਰੋਕਿਆ ਨਹੀਂ ਜਾਏਗਾ ਬਿਜਲੀ ਰਿਪੇਅਰ ਲਈ ਅਗਰ ਪੀਐਸਪੀਸੀਐਲ ਦਾ ਸਟਾਫ ਆਪਣਾ ਪਾਸ ਲੈ ਕੇ ਜਾਂਦਾ ਉਹਨੂੰ ਵੀ ਕਿਤੇ ਰੋਕਿਆ ਨਹੀਂ ਜਾਏਗਾ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਸਾਡੇ ਏਡੀਸੀ ਜਨਰਲ ਸਾਹਿਬ ਜਾਂ ਡੀਸੀਪੀ ਗੁਰਮੀਤ ਸਿੰਘ ਜੀ ਦੇ ਧਿਆਨ 'ਚ ਲਿਆਂਦਾ ਜਾਵੇ ਮੈਡੀਕਲ ਪ੍ਰੋਫੈਸ਼ਨ ਚਾਹੀਏ ਉਹ ਸਰਕਾਰੀ ਹਸਪਤਾਲ ਦੇ ਸਿਵਲ ਹਸਪਤਾਲਾਂ ਦੇ ਸਿਵਲ ਸਰਜਨ ਸਾਹਿਬ ਦੇ ਕੋਈ ਪੈਰਾਮੈਡਿਕ ਮਕੈਨਿਕ ਕੋਈ ਕਰਮਚਾਰੀ ਅਗਰ ਉਹ ਆਪਣਾ ਸਰਕਾਰੀ ਪਾਸ ਦਿਖਾਏਗਾ ਆਪਣਾ ਕਾਰਡ ਦਿਖਾਏਗਾ ਜਾਂ ਜਿੰਨੇ ਵੀ ਆਈਐਮਏ ਦੇ ਮੈਂਬਰ ਨੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਦੇ ਪੈਰਾਮੈਡਿਕ ਨੇ ਕੋਈ ਸਪੋਰਟ ਸਟਾਫ ਹੈ ਅਗਰ ਉਹ ਹਸਪਤਾਲ ਦਾ ਆਪ ਦਾ ਕਾਰਡ ਦਿਖਾਏਗਾ ਕਿ ਮੈਂ ਹਸਪਤਾਲ 'ਚ ਸੇਵਾ ਕਰਨ ਜਾ ਰਿਹਾ ਹਾਂ ਉਹਨੂੰ ਵੀ ਕਿਤੇ ਪੁਲਿਸ ਰੋਕੇਗੀ ਨਹੀਂ ਆਈਐਮਏ ਸਿਵਲ ਸਰਜੈਂਟ ਸਾਹਿਬ ਨਾਲ ਮੇਰੀ ਗੱਲ ਹੋ ਗਈ ਉਹ ਜਿੰਨੇ ਪਾਸ ਬਣਾਉਣਾ ਚਾਹਣ ਏਡੀਸੀ ਸਾਹਿਬ ਨੂੰ ਲਿਸਟਾਂ ਦੇਣ 2 ਘੰਟੇ ਬਾਅਦ ਉਹਨਾਂ ਦੇ ਪਾਸ ਮਿਲ ਜਾਣਗੇ ਪ੍ਰੈਸ ਦੇ ਜਿਹੜੇ ਅਕ੍ਰੈਡੀਟਿਡ ਪ੍ਰੈਸ ਰਿਪੋਰਟਰ ਨੇ ਪੀਲੇ ਔਰ ਪਿੰਕ ਕਾਰਡ ਵਾਲੇ ਉਹਨਾਂ ਨੂੰ ਕੋਈ ਨਹੀਂ ਰੋਕੇਗਾ ਜਿਨ੍ਹਾਂ ਦੇ ਪ੍ਰੈਸ ਹਾਊਸਿਸ ਹੈਗੇ ਨੇ ਉਹਨਾਂ ਦੇ ਜਿਹੜੇ ਜਿੰਨਾ ਵੀ ਮੁਲਾਜ਼ਮ ਨੇ ਸਪੋਰਟ ਸਟਾਫ ਹੈ ਐਡੀਟਰਜ਼ ਨੇ ਪ੍ਰਿੰਟਰਜ਼ ਨੇ ਕੰਪਿਊਟਰ ਆਪਰੇਟਰ ਨੇ ਸਭ ਦੇ ਜਿਹੜੇ ਪਾਸ ਨੇ ਉਹ ਡੀਪੀਆਰਓ ਸਾਹਿਬ ਤੋਂ ਲਿੱਤੇ ਜਾ ਸਕਦੇ ਹੈਗੇ ਨੇ ਇਸ ਤੋਂ ਇਲਾਵਾ ਆਮ ਜਨਤਾ ਦੇ ਜਿਹੜੇ ਬਹੁਤ ਹੀ ਜ਼ਿਆਦਾ ਐਮਰਜੈਂਸੀ ਵਾਲੇ ਕੇਸ ਨੇ ਮੰਨ ਲਓ ਕਿਸੇ ਦੇ ਘਰੇ ਕੋਈ ਮਰਗ ਹੋ ਜਾਵੇ ਪਰਮਾਤਮਾ ਨਾ ਕਰੇ ਔਰ ਉਸ ਸਮੇਂ ਤੇ ਕਿਸੇ ਨੇ ਕੋਈ ਫਿਨਰਲ ਤੇ ਜਾਣਾ ਹੈਗਾ ਕੋਈ ਡਿਲੀਵਰੀ ਵਾਲਾ ਕੇਸ ਹੈ ਜਿਹੜਾ ਕਿ ਸਮਾਂ ਵੀਟ ਨਹੀਂ ਕਰ ਸਕਦਾ ਕੈਂਸਰ ਦੀ ਕੋਈ ਕੀਮੋਥੈਰਪੀ ਲੱਗਣੀ ਹੈ ਡਾਇਲਿਸਿਸ ਹੋਣੀ ਹੈ ਤੁਸੀਂ ਆਪਦੇ ਐਸਡੀਐਮ ਸਾਹਿਬ ਨੂੰ ਸੰਪਰਕ ਕਰੋ ਐਸਡੀਐਮ ਸਾਹਿਬ ਤੁਹਾਨੂੰ ਜਿਹੜਾ ਹੈਗਾ ਪਿੰਕ ਕਲਰ ਦਾ ਆਮ ਜਨਤਾ ਵਾਲਾ ਇੱਕ ਦਿਨ ਵਾਲਾ ਪਾਸ ਦੇਣਗੇ ਇਸੇ ਤਰ੍ਹਾਂ ਹੀ ਜਿੰਨੇ ਵੀ ਕੋਈ ਕੈਮਿਸ ਸ਼ਾਪਸ ਨੇ ਉਹਨਾਂ ਨੂੰ ਅਸੀਂ ਫਿਲਹਾਲ ਬੰਦ ਕੀਤਾ ਪਰ ਉਹ ਖੁੱਲੀ ਜਦੋਂ ਹੋਏਗੀ ਉਦੋਂ ਹੀ ਖੁੱਲਣਗੀਆਂ ਪਰ ਸਾਰੇ ਕੈਮਿਸਟਰੀਆਂ ਨੂੰ ਮੇਰੀ ਬੇਨਤੀ ਹੈ ਕਿ ਉਹ ਜਿਹੜਾ ਸਾਰਾ ਸਮਾਨ ਹੈਗਾ ਉਹਨੂੰ ਓਪਨ ਪਬਲਿਕ ਨੂੰ ਵੀ ਸਾਰੇ ਆਈਐਮਏ ਦੇ ਮੈਂਬਰ ਹਸਪੀਟਲਜ਼ ਨੂੰ ਵੀ ਔਰ ਸਰਕਾਰੀ ਨੂੰ ਵੀ ਦੇਣ ਅਗਰ ਕਿਸੇ ਨੇ ਕੋਈ ਅਨਾਕਾਨੀ ਕੀਤੀ ਜਦ ਕਿ ਉਹ ਸਾਡੇ ਬੜੇ ਅੱਛੇ ਸਾਥੀ ਨੇ ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ ਪਰ ਅਗਰ ਕਿਸੇ ਨੇ ਅਨਾਕਾਨੀ ਕੀਤੀ ਤਾਂ ਕਾਨੂੰਨ ਅਨੁਸਾਰ ਅਸੀਂ ਕੋਈ ਵੀ ਸਖਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ ਔਰ ਮੇਰੀ ਸਾਰੇ ਜਲੰਧਰ ਵਾਸੀਆਂ ਨੂੰ ਅਪੀਲ ਹੈ ਕਿ ਆਪਦੇ ਆਪ ਦੇ ਘਰਾਂ 'ਚ ਰਹੋ ਕੋਈ ਖੁੱਲੇ ਦੀ ਉਡੀਕ ਨਾ ਕਰੋ ਤੁਹਾਡੇ ਘਰੋ ਘਰੀ ਸਮਾਨ ਆਊਗਾ ਜੇ ਕਿਸੇ ਦੇ ਘਰੀ ਨਹੀਂ ਆਇਆ ਮੈਂ ਕੱਲ ਨੂੰ ਤੁਹਾਨੂੰ ਸਬਜੀ ਵਾਲਿਆਂ ਦੇ ਦੁੱਧ ਵਾਲਿਆਂ ਦੇ ਇਹਨਾਂ ਸਾਰਿਆਂ ਬਿਜਲੀ ਵਾਲਿਆਂ ਦੇ ਕੰਟਰੋਲ ਨੰਬਰ ਤੋਂ ਨੰਬਰ ਤੁਹਾਡੇ ਕੰਟਰੋਲ ਰੂਮ ਕੱਲੇ-ਕੱਲੇ ਬਣਾ ਕੇ ਤੁਹਾਨੂੰ ਨੰਬਰ ਦਵਾਂਗੇ ਤੁਸੀਂ ਸਿੱਧੇ ਕਾਲ ਕਰੋਗੇ ਪਰ ਫਿਰ ਵੀ ਜੀ ਕੋਈ ਵੀਰ ਭੈਣ ਰਹਿ ਗਿਆ ਅਸੀਂ ਜਦੋਂ ਛੋਟ ਦੇਵਾਂਗੇ ਉਦੋਂ ਤੁਸੀਂ ਭੀੜ ਕਰਕੇ ਬਾਹਰ ਨਹੀਂ ਆਉਣਾ ਬਹੁਤ ਹੀ ਜਿਹੜਾ ਬਹੁਤ ਹੀ ਜ਼ਰੂਰੀ ਜਿਹੜਾ ਹੋਏ ਉਸ ਕੇਸ ਚ ਆਉਣਾ ਜੇ ਕੋਈ ਮਾਂ ਹੈਗੀ ਉਹ ਆਪਦੇ ਬੱਚੇ ਨੂੰ ਰੋਕੇ ਜੇ ਕੋਈ ਭੈਣ ਹੈਗੀ ਤਾਂ ਭਰਾ ਨੂੰ ਰੋਕੇ ਜੇ ਕੋਈ ਬਜ਼ੁਰਗ ਹੈ ਤਾਂ ਬੱਚੇ ਨੂੰ ਰੋਕੇ ਕਿਉਂਕਿ ਜੇ ਇੱਕ ਵਾਰੀ ਜਰਾਸੀਮ ਘਰ ਚ ਆਗੇ ਤਾਂ ਬਜ਼ੁਰਗ ਨੂੰ ਬੱਚਿਆਂ ਨੂੰ ਸਾਰਿਆਂ ਦੀ ਜਾਨ ਨੂੰ ਖਤਰਾ ਹੈ ਤੁਹਾਡੀ ਜਾਨ ਦੀ ਸਾਨੂੰ ਪਰਵਾਹ ਹੈ ਮੈਂ ਹੱਥ ਬੰਨ੍ਹ ਕੇ ਦੁਬਾਰਾ ਬੇਨਤੀ ਕਰਦਾ ਕਿ ਆਪਦੇ ਘਰਾਂ 'ਚ ਬਰਾਜੋ ਜੇ ਛੋਟ ਕਿਤੇ ਅਸੀਂ ਮਜਬੂਰੀ ਵਸ ਦਿੱਤੀ ਵੀ ਤਾਂ ਬਹੁਤ ਘੱਟ ਘਰਾਂ ਤੋਂ ਬਾਹਰ ਆਣਾ ਦੁੱਧ ਸਬਜ਼ੀਆਂ ਇਹ ਮੈਂ ਤੁਹਾਨੂੰ ਪ੍ਰੋਸਾ ਦਿਵਾਨਾ ਕਿ ਆਮੋ ਆਮ ਕਰਕੇ ਤੁਹਾਡੇ ਘਰਾਂ ਤੱਕ ਅਸੀਂ ਪਹੁੰਚਾਵਾਂਗੇ ਜੇ ਕਿਸੇ ਵੇਲੇ ਅਸੀਂ ਇੱਕ ਨਵੀਂ ਚੀਜ਼ ਕਰਨ ਲੱਗੇ ਹਾਂ ਤੁਹਾਡੇ ਲਈ ਕਰਨ ਲੱਗੇ ਹਾਂ ਵੱਡਾ ਟਾਸਕ ਹੈ 12.5 ਲੱਖ ਲੋਕ ਨੇ ਜੇ ਕਿਤੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੀ ਤਾਂ ਵੀ ਸਾਨੂੰ ਮਾਫ਼ ਕਰਦੇ ਹੋ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਇੰਪਰੂਵ ਕਰਾਂਗੇ ਧੰਨਵਾਦ